ਜੈ ਸਾਈਂ ਜੀ ਦੀ ਰੱਬ ਇੱਕ ਜੈ ਸਾਈਂ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ। ਇੱਕ ਸਾਧੂ, ਇੱਕ ਫਕੀਰ, ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਿਹਾ ਕਰਦੇ ਸੀ। ਉਹਨਾਂ ਦੇ ਗਿਆਨ ਕਰਕੇ ਉਹਨਾਂ ਦੀ ਪਹਿਚਾਣ ਬਹੁਤ ਸੀ ਬਾਬਾ ਜੀ, ਦੁਨੀਆ ਦੂਰੋਂ ਦੂਰੋਂ ਉਹਨਾਂ ਨੂੰ ਮਿਲਣ ਆਉਂਦੀ ਅਤੇ ਉਹਨਾਂ ਦੇ ਮੁਸ਼ਕਲਾਂ ਦਾ ਉਹ ਹੱਲ ਕਰਦੇ। ਉਹ ਫਕੀਰ ਅੱਬਲ ਤਾਂ ਬਹੁਤ ਘੱਟ ਬੋਲਦੇ, ਪਰ ਜਦੋਂ ਉਹ ਬੋਲਦੇ ਤਾਂ ਉਹਨਾਂ ਦੀ ਉਹ ਵਿਚਾਰ ਸੁਣਨ ਵਾਸਤੇ ਨਾ, ਉਹ ਸ਼ਬਦ ਹੀ ਸੁਣਨ ਵਾਸਤੇ, ਉਹ ਵਚਨ ਸੁਣਨ ਵਾਸਤੇ ਦੂਰੋਂ ਦੂਰੋਂ ਲੋਕ ਆਉਂਦੇ, ਕਿਉਂਕਿ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਦੇ ਵਚਨਾਂ ਦੇ ਵਿੱਚ ਉਹ ਰੰਗ ਹੁੰਦਾ ਹੈ ਬਾਬਾ ਜੀ, ਜੋ ਇਨਸਾਨ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੰਦਾ ਹੈ। ਅਤੇ ਉਹਨਾਂ ਸਾਧੂਆਂ ਨੇ ਅਕਸਰ ਕਹਿਣਾ, ਉਹ ਸਾਧੂ ਕਹਿੰਦੇ ਹੁੰਦੇ ਸੀ ਅਕਸਰ ਵੀ, ਸਭ ਤੋਂ ਉੱਤਮ ਦਾਨ, ਸਭ ਤੋਂ ਪਾਕ ਦਾਨ ਉਹ ਹੈ ਜਿਹੜਾ ਨਿਸਵਾਰਥ ਹੋ ਕੇ ਦਿੱਤਾ ਜਾਵੇ ਬਾਬਾ ਜੀ। ਔਰ ਸਿਰਫ ਭੌਤਿਕ ਦਾਨ ਯਾਨੀ ਕਿ ਪੈਸੇ ਦਾ ਦਾਨ ਜਾਂ ਹੋਰ ਜਿਹੜੀਆਂ ਚੀਜ਼ਾਂ ਹੈ ਖਾਣ ਪੀਣ ਵਾਲੀਆਂ, ਉਹੀ ਸਿਰਫ ਦਾਨ ਨਹੀਂ ਹੁੰਦਾ, ਦਾਨ ਕਈ ਤਰ੍ਹਾਂ ਦਾ ਬਾਬਾ ਜੀ, ਖੁਸ਼ੀ ਦਾਨ ਹੈ। ਸੋ ਹੁਣ ਉੱਥੇ ਦੇ ਜਿਹੜੇ ਪਿੰਡ ਦੇ ਲੋਕ ਸੀ ਅਤੇ ਜਿਹੜੇ ਲੋਕ ਉਹਨਾਂ ਨੂੰ ਸੁਣਨ ਆਉਂਦੇ, ਉਹ ਬੜੇ ਗੰਭੀਰ ਹੋ ਕੇ ਉਹ ਚੀਜ਼ਾਂ ਸੁਣਦੇ, ਗਿਆਨ ਫਕੀਰ ਤੋਂ ਲੈਂਦੇ ਔਰ ਉਹਦੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਬਾਬਾ ਜੀ। ਤਾਂ ਇੱਕ ਦਿਨ ਉਸੇ ਪਿੰਡ ਦੇ ਵਿੱਚ ਨਾ ਇੱਕ ਕਿਸਾਨ ਸੀ, ਉਹ ਉਹਨਾਂ ਫਕੀਰਾਂ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਮਹਾਰਾਜ, ਤੁਸੀਂ ਦਾਨ ਦੇ ਬਾਰੇ ਬਹੁਤ ਗੱਲਾਂ ਸੁਣਾਉਂਦੇ ਹੋ, ਤਾਂ ਮੈਨੂੰ ਇਹ ਦੱਸੋ ਵੀ ਸਭ ਤੋਂ ਅੱਛਾ ਦਾਨ ਜਿਹੜਾ ਹੈ ਉਹ ਕਿਹੜਾ ਹੈ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਭੌਤਿਕ ਦਾਨ ਜਿਹੜਾ ਹੈ, ਪੈਸੇ ਦੌਲਤ, ਇਹ ਬਾਅਦ ਦੀਆਂ ਗੱਲਾਂ, ਤਾਂ ਫਿਰ ਉੱਤਮ ਦਾਨ ਕਿਹੜਾ ਹੈ, ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ? ਤਾਂ ਉਹ ਸਾਧੂ ਕਹਿਣ ਲੱਗੇ ਉਸ ਕਿਸਾਨ ਨੂੰ ਕਿ ਇੱਕ ਬੜਾ ਹੀ ਵਧੀਆ ਸ਼ਹਿਰ ਸੀ ਜਿਹਦਾ ਨਾਮ ਸੀ ਉਜੈਨ, ਉਹਦੇ ਵਿੱਚ ਇੱਕ ਵਪਾਰੀ ਰਿਹਾ ਕਰਦਾ ਸੀ ਹਰੀਦਾਸ। ਜ਼ਰਾ ਗੌਰ ਕਰਨਾ ਉਹਨਾਂ ਦੀ ਗੱਲ 'ਤੇ ਬਾਬਾ ਜੀ। ਹਰੀਦਾਸ ਜਿਹੜਾ ਸੀ ਬਹੁਤ ਵੱਡਾ ਵਪਾਰੀ ਸੀ, ਘਰ 'ਚ ਸਾਰਾ ਕੁਛ ਮੌਜੂਦ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ, ਧਨ ਦੌਲਤ ਸ਼ੋਹਰਤ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਉਸੇ ਹੀ ਹਰੀਦਾਸ ਦਾ ਇੱਕ ਮਿੱਤਰ ਸੀ ਜੋ ਕਿ ਬਹੁਤ ਹੀ ਲਾਲਚੀ ਅਤੇ ਸਵਾਰਥੀ ਹੁੰਦਾ ਸੀ ਬਾਬਾ ਜੀ। ਹੁਣ ਹਰੀਦਾਸ ਜਿਹੜਾ ਸੀ ਨਾ, ਉਹਦੇ ਕੋਲ ਧਨ ਤਾਂ ਬਹੁਤ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਉਹਨੇ ਕਦੇ ਵੀ ਉਸ ਧਨ ਦਾ ਜਿਹੜਾ ਇਸਤੇਮਾਲ ਹੈ ਉਹ ਹੋਰ ਕਿਸੇ ਦੀ ਮਦਦ ਲਈ ਕਦੇ ਨਹੀਂ ਕੀਤਾ, ਉਹ ਹਮੇਸ਼ਾ ਆਪਣੇ ਲਈ ਹੀ ਕੀਤਾ, ਕਿਉਂਕਿ ਜਿਹੋ ਜਿਹੇ ਉਹਦੇ ਮਿੱਤਰ ਸੀ ਉਹੋ ਜਿਹਾ ਹੀ ਉਹ ਆਪ ਹੋਈ ਜਾਂਦਾ ਸੀ। ਜੇ ਕਦੇ ਕਿਸੇ ਨੇ ਉਹਦੇ ਕੋਲ ਕੁਛ ਆ ਕੇ ਦਰਵਾਜ਼ਾ ਖਟਖਟਾਉਣਾ, ਕਿਸੇ ਗਰੀਬ ਨੇ ਜਾਂ ਫਕੀਰ ਨੇ ਜਾਂ ਸਾਧੂ ਨੇ, ਤਾਂ ਇੱਕ ਤਾਂ ਹੁੰਦਾ ਬੰਦੇ ਕੋਲ ਹੈ ਨਹੀਂ ਉਨਾ ਸਮਰੱਥ ਨਹੀਂ ਹੈ ਕਿ ਉਹ ਕੁਛ ਦੇ ਸਕੇ, ਪਰ ਉਹਦੇ ਕੋਲ ਸਾਰਾ ਕੁਛ ਹੁੰਦਾ ਸੀ, ਉਹ ਭਜਾ ਦਿੰਦਾ ਸੀ, ਦਬਕੇ ਮਾਰ ਕੇ ਭਜਾਉਂਦਾ ਸੀ ਵੀ ਭਾਵੇਂ ਮੇਰੇ ਕੋਲ ਬਹੁਤ ਕੁਛ ਹੈ ਮੈਂ ਇਹਨਾਂ ਨੂੰ ਕਿਉਂ ਦੇਵਾਂ। ਤਾਂ ਹੁਣ ਕਹਿੰਦੇ ਆ ਕਿ ਹਰੀਦਾਸ ਇੱਕ ਦਿਨ ਆਪਣੇ ਨਾ ਬਗੀਚੇ 'ਚ ਬੈਠਾ, ਉਹਦੇ ਕੋਲ ਨਾ ਗਰੀਬ ਔਰਤ ਆਈ ਤਾਂ ਆ ਕੇ ਨਾ ਬੜੇ ਨਿਮਰਤਾ ਨਾਲ ਉਹਨੇ ਕਿਹਾ ਕਿ ਮਾਲਿਕ ਮੈਨੂੰ ਕੁਛ ਖਾਣ ਨੂੰ ਦੇ ਦਿਓ ਵੀ ਮੈਂ ਬੜੀ ਭੁੱਖੀ ਹਾਂ, ਬੜੇ ਦਿਨ ਹੋ ਗਏ ਕੁਛ ਖਾਧਾ ਨਹੀਂ ਹੈ। ਤਾਂ ਉਸ ਵਕਤ ਹਰੀਦਾਸ ਕਹਿਣ ਲੱਗਾ ਕਿ ਤੂੰ ਕੌਣ ਹੈ, ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਬਗੀਚੇ 'ਚ ਆਉਣ ਦੀ? ਤਾਂ ਉਹਨੇ ਇੱਦਾਂ ਬੋਲ ਕੇ ਨਾ ਉਸ ਔਰਤ ਨੂੰ ਭਜਾ ਦਿੱਤਾ ਬਾਬਾ ਜੀ। ਹੁਣ ਔਰਤ ਜਿਹੜੀ ਸੀ ਉਹਦਾ ਵਿਚਾਰੀ ਦਾ ਕੰਮ ਹੀ ਸੀ ਕਿ ਉਹਨੇ ਮੰਗ ਕੇ ਹੀ ਖਾਣਾ, ਉਹ ਇੱਦਾਂ ਹੀ ਬਗੀਚੇ ਦੇ ਬਾਹਰ ਉਹਨੇ ਬੈਠੇ ਰਹਿਣਾ ਅਤੇ ਕਦੇ ਕਦੇ ਹਰੀਦਾਸ ਦੇ ਬਗੀਚੇ ਵੱਲ ਨੂੰ ਵੀ ਅੰਦਰ ਵੀ ਜਾਣਾ, ਉਹਨੇ ਫਿਰ ਕਹਿਣਾ ਮਾਲਿਕ ਦੇ ਦਿਓ ਕੁਛ, ਉਹਨੇ ਫਿਰ ਗਾਲਾਂ ਕੱਢ ਕੇ ਭਜਾ ਦੇਣਾ, ਉਹਨੇ ਕਹਿਣਾ ਵੀ ਇਹ ਤੈਨੂੰ ਇਹਨੂੰ ਸ਼ਰਮ ਹੀ ਹੈ ਨਹੀਂ ਵੀ ਮੈਂ ਵਾਰ ਵਾਰ ਇਹਨੂੰ ਧੱਕਦਾ ਹਾਂ, ਇਹ ਫਿਰ ਵਾਪਸ ਆ ਜਾਂਦੀ ਹੈ।
ਹੁਣ ਹੋਇਆ ਪਤਾ ਕੀ ਬਾਬਾ ਜੀ, ਕੁਛ ਸਮੇਂ ਬਾਅਦ ਨਾ ਹਰੀਦਾਸ ਦੀ ਤਬੀਅਤ ਖਰਾਬ ਹੋ ਗਈ। ਬੜੇ ਵੈਦ ਬੁਲਾਏ, ਡਾਕਟਰ ਬੁਲਾਏ, ਹਰੀਦਾਸ ਨੇ ਦਿਖਾਇਆ ਆਪਣੇ ਆਪ ਨੂੰ, ਸਾਰਾ ਕੁਛ ਕੀਤਾ, ਪਰ ਉਹਨੂੰ ਇਲਾਜ ਨਾ ਹੋ ਪਾਵੇ, ਠੀਕ ਨਾ ਹੋ ਪਾਵੇ। ਉਹ ਪਰੇਸ਼ਾਨ ਰਹਿਣ ਲੱਗਾ, ਉਹਨੂੰ ਕੁਛ ਸਮਝ ਹੀ ਨਾ ਆਵੇ, ਪਰ ਹਜੇ ਚੱਲਣ ਫਿਰਨ ਜੋਗਾ ਹੈ ਸੀ। ਉਹਨੇ ਕੀ ਕੀਤਾ, ਉਹ ਇੱਕ ਦਿਨ ਹੁਣ ਇੱਦਾਂ ਹੀ ਨਾ ਰਾਤ ਨੂੰ ਬਗੀਚੇ 'ਚ ਬੈਠ ਗਿਆ ਜਾ ਕੇ, ਤਾਂ ਉਹ ਔਰਤ ਜਿਹੜੀ ਸੀ ਨਾ, ਉਹਨੇ ਜਦੋਂ ਦੇਖਿਆ ਕਿ ਇਹ ਹਰੀਦਾਸ ਹੈ, ਹੁਣ ਹੈ ਉਹ ਸੇਠ ਸੀਗਾ ਇੱਕ ਤਰ੍ਹਾਂ ਦਾ, ਵਪਾਰੀ ਸੀਗਾ ਨਾ, ਅਤੇ ਪਿੰਡ ਦੇ ਵਿੱਚ ਤਾਂ ਉਹਨੂੰ ਜਾਣਦੇ ਸੀ, ਉਹ ਔਰਤ ਹੁਣ ਉਹ ਗਈ ਉਹਦੇ ਕੋਲ ਹਰੀਦਾਸ ਕੋਲ। ਹੁਣ ਜਿਹਨੂੰ ਧੱਕਾ ਮਾਰਿਆ, ਜ਼ਰਾ ਗੌਰ ਕਰਨਾ, ਉਹ ਧੱਕੇ ਮਾਰਦਾ ਸੀ, ਤਾਂ ਇਹ ਫਿਰ ਗਈ ਵੀ ਚਿੰਤਿਤ ਲੱਗ ਰਿਹਾ ਹੈ ਅੱਜ। ਤਾਂ ਹੁਣ ਇਹ ਜਿਹੜੇ ਬਜ਼ੁਰਗ ਔਰਤ ਸੀ, ਇਹਨੇ ਜਾ ਕੇ ਪੁੱਛਿਆ ਕਿ ਮਾਲਕ ਕੀ ਗੱਲ, ਕਿਸੇ ਚਿੰਤਾ 'ਚ ਲੱਗ ਰਹੇ ਹੋ? ਤਾਂ ਉਹ ਹਰੀਦਾਸ ਕਹਿੰਦਾ, ਬੀਬੀ ਤੂੰ ਜਾ, ਤੈਨੂੰ ਹੁਣ ਮੈਂ ਕੀ ਦੱਸਾਂ ਕੀ ਹੋਇਆ ਹੈ। ਤਾਂ ਉਹ ਬੀਬੀ ਅੱਗੋਂ ਹੱਸ ਕੇ ਕਹਿਣ ਲੱਗੀ, ਕਹਿੰਦੀ ਮਾਲਕ ਵੀ ਮੈਂ ਤੁਹਾਡੇ ਆਹ ਬਗੀਚੇ ਦੇ ਫੁੱਲ ਦੇਖੇ ਆ, ਤੁਸੀਂ ਇਹਨਾਂ ਦੀ ਦੇਖਭਾਲ ਕਰਦੇ ਹੋ, ਇਹ ਬੜੇ ਖੂਬਸੂਰਤ ਹੈ, ਅਤੇ ਜੇ ਤੁਸੀਂ ਆਪਣੇ ਸਿਹਤ ਦਾ ਵੀ ਧਿਆਨ ਰੱਖੋ ਤਾਂ ਉਹ ਵੀ ਖੂਬਸੂਰਤ ਬਣ ਜਾਵੇਗੀ। ਇਹਨਾਂ ਕਹਿ ਕੇ ਉਹ ਬੀਬੀ ਉੱਥੋਂ ਚਲੇ ਗਈ। ਹੁਣ ਹਰੀਦਾਸ ਦੀ ਨਾ ਇਹ ਜਿਹੜੀ ਗੱਲ ਹੋਈ ਨਾ, ਹਰੀਦਾਸ ਦੇ ਦਿਮਾਗ ਦੇ ਵਿੱਚ ਇਹ ਗੱਲ ਘਰ ਘਰ ਗਈ ਬਾਬਾ ਜੀ, ਕਿਉਂਕਿ ਜਦੋਂ ਕਈ ਵਾਰੀ ਬੰਦਾ ਬਿਮਾਰ ਹੁੰਦਾ ਹੈ ਨਾ, ਤਾਂ ਉਹ ਪੋਜ਼ਿਟਿਵਿਟੀ ਉਹਦੇ ਅੰਦਰ ਕਈ ਵਾਰੀ ਗਾਇਬ ਹੋ ਜਾਂਦੀ ਹੈ, ਨੈਗੇਟਿਵਿਟੀ ਭਰ ਜਾਂਦੀ ਹੈ ਕਿ ਯਾਰ ਪਤਾ ਨਹੀਂ ਕਿਉਂ ਨਹੀਂ ਠੀਕ ਹੋ ਰਿਹਾ, ਮੈਂ ਪਤਾ ਨਹੀਂ ਕਿਉਂ ਨਹੀਂ ਠੀਕ ਹੋ ਰਿਹਾ। ਇਸ ਚੱਕਰ 'ਚ ਕਈ ਖਾਣਾ ਵੀ ਛੱਡ ਦਿੰਦੇ ਆ, ਪੀਣਾ ਵੀ ਛੱਡ, ਇੱਦਾਂ ਵੀ ਹੁੰਦਾ ਨਾ ਬਾਬਾ ਜੀ, ਉਹ ਚਿੰਤਾ ਕਰਨ ਲੱਗ ਪੈਂਦੇ, ਹੋਰ ਚੱਕਰਾਂ 'ਚ ਪੈ ਜਾਂਦੇ ਆ। ਤਾਂ ਔਰਤ ਆਈ ਇੱਕ ਫਰਿਸ਼ਤੇ ਦੀ ਤਰ੍ਹਾਂ, ਉਹਨੇ ਕਿਹਾ ਵੀ ਮਾਲਕ ਜਿੱਦਾਂ ਇਹ ਫੁੱਲਾਂ ਦੀ ਤੁਸੀਂ ਦੇਖਭਾਲ ਕਰਦੇ ਹੋ ਸੋਹਣੇ, ਉੱਦਾਂ ਹੀ ਆਪਣੇ ਸਵਾਸਥ ਦੀ ਜੇ ਤੁਸੀਂ ਦੇਖਭਾਲ ਕਰੋ ਤਾਂ ਸ਼ਾਇਦ ਉਹ ਵੀ ਚੰਗਾ ਹੋ ਜਾਵੇ। ਉਹਨੂੰ ਇੱਦਾਂ ਦਾ ਲੱਗਿਆ ਵੀ ਸ਼ਾਇਦ ਮੇਰੇ ਨਾਲ ਨਿਸਵਾਰਥ ਗੱਲ ਕਰ ਰਹੀ ਹੈ, ਜਾਂ ਹੋ ਸਕਦਾ ਪੈਸੇ ਲਈ ਗੱਲ ਕਰ ਰਹੀ ਹੋਵੇ, ਇਹੋ ਜਿਹੀ ਗੱਲ ਮੇਰੇ ਨਾਲ ਕਰ ਰਹੀ ਹੈ। ਤਾਂ ਹੁਣ ਉਹ ਹੋਰ ਜਦੋਂ ਚਲੇ ਗਈ ਨਾ, ਥੋੜ੍ਹਾ ਸਮਾਂ ਬੀਤਿਆ, ਹਰੀਦਾਸ ਹੋਰ ਬਿਮਾਰ ਹੋ ਗਿਆ ਬਾਬਾ ਜੀ, ਉਹ ਹੋਰ ਬਿਮਾਰ ਹੋ ਗਿਆ। ਉਦੋਂ ਉਹ ਸੋਚਣ ਲੱਗਾ ਵੀ ਯਾਰ ਮੇਰੀ ਦੌਲਤ ਮੈਨੂੰ ਕੁਛ ਦੇ ਨਹੀਂ ਪਾ ਰਹੀ, ਕਿ ਮੇਰੇ ਨਾਲ ਇੱਦਾਂ ਕੁਛ ਹੋ ਰਿਹਾ ਹੈ, ਮੇਰੀ ਦੌਲਤ ਮੈਨੂੰ ਠੀਕ ਕਿਉਂ ਨਹੀਂ ਕਰ ਪਾ ਰਹੀ, ਕਿਉਂਕਿ ਦੌਲਤ ਦਾ ਹੰਕਾਰ ਵੀ ਸੀ ਉਹਦੇ ਅੰਦਰ। ਹੁਣ ਜਿੱਦਾਂ ਉਹਨੇ ਨਜ਼ਰਅੰਦਾਜ਼ ਕੀਤਾ ਸੀਗਾ ਲੋਕਾਂ ਨੂੰ, ਇੱਦਾਂ ਹੀ ਉਹਨੇ ਆਪਣੇ ਸਰੀਰ ਨੂੰ ਵੀ ਨਜ਼ਰਅੰਦਾਜ਼ ਕੀਤਾ, ਜਿੱਦਾਂ ਉਹਨੇ ਬਾਗ ਬਗੀਚੇ ਹੁਣ ਨਜ਼ਰਅੰਦਾਜ਼ ਕੀਤੇ, ਇੱਦਾਂ ਹੀ ਆਪਣੇ ਸਰੀਰ ਨੂੰ ਵੀ ਨਜ਼ਰਅੰਦਾਜ਼ ਕੀਤਾ ਬਾਬਾ ਜੀ। ਹੁਣ ਹਰੀਦਾਸ ਉਸ ਵੇਲੇ ਇਹ ਉਹਦੇ ਦਿਮਾਗ 'ਚ ਗੱਲ ਬੈਠ ਗਈ, ਸਮਝ ਆਈ ਉਹਨੂੰ ਵੀ ਇਕੱਲੀ ਦੌਲਤ ਨਾਲ ਵੀ ਜ਼ਿੰਦਗੀ ਜੀ ਨਹੀਂ ਜਾਂਦੀ, ਵੀ ਜਿੱਥੇ ਹਾਰ ਜਾਵੇ ਦੌਲਤ ਵੀ ਮੇਰੀ ਸਰੀਰ ਨਹੀਂ ਠੀਕ ਕਰ ਪਾ ਰਹੀ, ਬੜੇ ਡਾਕਟਰ ਆਏ, ਬੜੇ ਵੈਦ ਆਏ, ਪਰ ਉਹ ਮੈਨੂੰ ਠੀਕ ਨਹੀਂ ਕਰ ਪਾ ਰਹੇ, ਮੈਂ ਇੰਨਾ ਰੁਪਈਆ ਖਰਚਦਾ। ਤਾਂ ਇੱਕ ਦਿਨ ਮਾਯੂਸ ਹੋ ਕੇ ਬੈਠਾ, ਤਾਂ ਉਹਦੀ ਘਰਵਾਲੀ ਆਈ, ਉਹਦੀ ਘਰਵਾਲੀ ਆ ਕੇ ਕਹਿੰਦੀ, ਤੁਹਾਨੂੰ ਆਪਣੇ ਆ ਜਿਹੜੇ ਗਰੀਬ ਲੋਕ ਤੁਹਾਡੇ ਆਉਂਦੇ, ਜਿਨ੍ਹਾਂ ਨੂੰ ਤੁਸੀਂ ਦਬਕੇ ਮਾਰ ਕੇ ਕੱਢ ਦਿੰਦੇ ਹੋ, ਇਹ ਨਾ ਕੱਢਿਆ ਕਰੋ, ਤੁਸੀਂ ਇਹਨਾਂ ਦੀ ਸੇਵਾ ਕਰੋ, ਸ਼ਾਇਦ ਕੋਈ ਗੱਲ ਬਣ ਜਾਵੇ, ਸ਼ਾਇਦ ਇਹਦੇ ਕਰਕੇ ਹੀ ਤੁਹਾਡਾ ਸਰੀਰ ਜਿਹੜਾ ਉਹ ਖਰਾਬ ਹੋਇਆ ਹੈ, ਕਿਉਂਕਿ ਤੁਸੀਂ ਨਾ ਹੀ ਹੁਣ ਕਿਸੇ ਨੂੰ ਮਿਲਣ ਜਾਂਦੇ ਹੋ, ਨਾ ਹੀ ਕਿਸੇ ਕੋਲ ਬੈਠਦੇ ਹੋ, ਤੁਸੀਂ ਸਿਰਫ ਦੌਲਤ ਦੌਲਤ ਹੀ ਕਰਦੇ ਰਹਿੰਦੇ ਸੀ, ਤਾਂ ਆਹ ਹੁਣ ਤੁਹਾਡਾ ਕੀ ਹਸ਼ਰ ਹੋਇਆ ਹੈ? ਪਰ ਹਰੀਦਾਸ ਕਹਿਣ ਲੱਗਾ ਕਿ ਮੈਂ ਕਿਸੇ ਦੀ ਕਿਉਂ ਸੇਵਾ ਕਰਾਂ, ਮੈਂ ਨਹੀਂ ਕਿਸੇ ਕੋਲ ਜਾਣਾ, ਨਾ ਮੈਂ ਕਿਸੇ ਕੋਲ ਬੈਠਣਾ ਹੈ, ਕਿਸੇ ਦਾ ਹਾਲ ਪੁੱਛਣਾ ਹੈ, ਕਿਉਂਕਿ ਮੇਰੇ ਕੋਲ ਸਾਰਾ ਕੁਛ ਹੈ, ਮੇਰੇ ਕੋਲ ਦੌਲਤ ਹੈ ਅਤੇ ਮੇਰੇ ਕੋਲ ਸਾਰਾ ਕੁਛ, ਅਜੇ ਵੀ ਇੱਦਾਂ ਹੀ ਚੱਲੀ ਗਿਆ। ਉਹ ਕਹਿੰਦੇ ਕਿ ਕੁਛ ਸਮਾਂ ਹੋਰ ਬੀਤਿਆ ਬਾਬਾ ਜੀ, ਉਹ ਹਰੀਦਾਸ ਜਿਹੜਾ ਸੀ ਉਹਦੀ ਤਬੀਅਤ ਹੋਰ ਖਰਾਬ ਹੋਈ। ਜਦੋਂ ਉਹਦੀ ਤਬੀਅਤ ਹੁਣ ਹੋਰ ਖਰਾਬ ਹੋਈ ਨਾ, ਤਾਂ ਉਹਦੀ ਪਤਨੀ ਉਹਦੇ ਕੋਲ ਆ ਕੇ ਕਹਿਣ ਲੱਗੀ ਕਿ ਤੁਹਾਨੂੰ ਤੁਹਾਡਾ ਦਿਲ ਜਿਹੜਾ ਹੈ ਨਾ, ਮਨ ਜਿਹੜਾ ਹੈ, ਬਦਲਣਾ ਪਵੇਗਾ, ਤੁਹਾਨੂੰ ਉਹਨਾਂ ਲੋਕਾਂ ਕੋਲ ਜਾਣਾ ਹੀ ਚਾਹੀਦਾ ਹੈ, ਤੁਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਬਣਾਉਣ ਵਾਲੇ ਵੀ ਉਹੀ ਲੋਕ ਹੈ। ਹਰੀਦਾਸ ਨੇ ਸੋਚਿਆ ਵੀ ਠੀਕ ਹੈ, ਵੀ ਜੇ ਵੀ ਕੋਈ ਘਰ ਆਵੇ, ਜਿਹੜਾ ਵੀ ਕੋਈ ਆਵੇ, ਤਾਂ ਉਹਨੂੰ ਹੁਣ ਖਾਲੀ ਨਾ ਮੋੜਾਂਗਾ, ਵੀ ਮੇਰੀ ਇੱਕ ਮੁਲਾਕਾਤ ਕਰਾ ਦਿਓ। ਲਓ ਜੀ, ਉੱਥੇ ਰੌਲਾ ਪਵਾ ਦਿੱਤਾ ਗਿਆ ਕਿ ਹਰੀਦਾਸ ਸਭ ਦੀ ਮਦਦ ਕਰਨਗੇ,
ਹੁਣ ਉੱਥੇ ਜਿੰਨੇ ਵੀ ਸੀਗੇ ਲੋਕ, ਗਰੀਬ ਗੁਰਬਾ ਲੋਕ ਉੱਥੇ ਇਕੱਠੇ ਹੋਏ ਤਾਂ ਹਰੀਦਾਸ ਨੇ ਕਿਹਾ ਵੀ ਮੈਂ ਅੱਜ ਤੋਂ ਤੁਹਾਡੀ ਮਦਦ ਕਰਾਂਗਾ, ਜਿੰਨੇ ਵੀ ਮੇਰੇ ਕਰਮਚਾਰੀ ਹੋ ਤੁਸੀਂ, ਜਿੰਨੇ ਵੀ ਮੇਰੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਵੀ ਮੈਂ ਕੁਛ ਦੇਣਾ ਹੈ ਉਹਨਾਂ ਨੂੰ ਦੇਵਾਂਗਾ। ਕਿਉਂਕਿ ਉਹ ਸਾਰਿਆਂ ਦਾ ਖਾ ਲੈਂਦਾ ਸੀ, ਰੱਖ ਲੈਂਦਾ ਸੀ, ਪਰ ਦਿੰਦਾ ਨਹੀਂ ਸੀ ਕਿਸੇ ਨੂੰ ਕੁਛ। ਕਹਿੰਦੇ ਨਾ ਹੱਕ ਨਾ ਮਾਰੀਏ ਕਿਸੇ ਦਾ, ਵੀ ਹੱਕ ਪਰਾਇਆ ਨਹੀਂ ਮਾਰਨਾ ਚਾਹੀਦਾ ਕਦੇ ਵੀ। ਹੁਣ ਇਹ ਗੱਲ ਸੁਣ ਕੇ ਉਹ ਸਾਰੇ ਖੁਸ਼ ਹੋ ਗਏ, ਥੋੜ੍ਹੇ ਹੈਰਾਨ ਵੀ ਹੋਏ ਕਿ ਹਰੀਦਾਸ ਨੂੰ ਕੀ ਹੋ ਗਿਆ। ਔਰ ਜਿੱਦਾਂ ਜਿੱਦਾਂ ਹੀ ਉਹਨੇ ਉਹ ਮਦਦ ਕਰਨੀ ਸ਼ੁਰੂ ਕੀਤੀ ਨਾ, ਉਹਨੂੰ ਉਹਨਾਂ ਹੀ ਲੋਕਾਂ ਦੇ ਨਾਲ ਜਿੱਦਾਂ ਉਹ ਪ੍ਰੇਮ ਬਣਨ ਲੱਗ ਪਿਆ, ਉਹਦਾ ਪਿਆਰ ਬਣਨ ਲੱਗ ਪਿਆ, ਸਹਾਨੁਭੂਤੀ ਹੋਣ ਲੱਗ ਪਈ। ਬਾਬਾ ਜੀ ਕਹਿਣ ਦਾ ਭਾਵ ਕਿ ਜਿਹੜੇ ਲੋਕਾਂ ਦੀ ਮਦਦ ਕਰਨ ਜਾਂਦਾ ਹੁਣ ਉਹਨਾਂ ਨਾਲ ਪਿਆਰ ਬਣਦਾ ਗਿਆ। ਹੁਣ ਸਿਰਫ ਮਦਦ ਹੀ ਕਰਨ ਨਹੀਂ ਜਾਂਦਾ, ਉਹਨਾਂ ਨਾਲ ਹੱਸਦਾ, ਉਹਨਾਂ ਨਾਲ ਬੈਠਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਦਾ, ਉਹਨਾਂ ਦੇ ਦੁੱਖ ਤਕਲੀਫ ਵੀ ਸੁਣਦਾ, ਆਪਣੀ ਵੀ ਗੱਲ ਕਰਦਾ। ਹੁਣ ਹੋਇਆ ਕੀ ਕਿ ਕੁਛ ਸਮੇਂ ਬਾਅਦ ਨਾ ਜਿੱਦਾਂ ਉਹ ਮਦਦ ਕਰਦਾ ਗਿਆ ਤਾਂ ਉਹਦੀ ਜਿਹੜਾ ਸਵਾਸਥ ਸੀਗਾ, ਜਿਹੜੀ ਸਿਹਤ ਸੀਗੀ, ਉਹ ਠੀਕ ਹੋਣੀ ਸ਼ੁਰੂ ਹੋ ਗਈ। ਬਾਬਾ ਜੀ ਕਹਿਣ ਦਾ ਭਾਵ ਕਿ ਜਿਹੜੀ ਚੀਜ਼ ਨਹੀਂ ਲੱਗਦੀ ਸੀ ਹੁਣ ਉਹ ਲੱਗਣ ਲੱਗ ਪਈ। ਤਾਂ ਇੱਕ ਦਿਨ ਇੱਦਾਂ ਹੀ ਬੈਠਾ ਮੁਸਕਰਾ ਰਿਹਾ ਹੈ ਆਪਣੇ ਬਗੀਚੇ 'ਚ ਤਾਂ ਉਹਦੀ ਘਰ ਵਾਲੀ ਆਈ ਅਤੇ ਘਰ ਵਾਲੀ ਨੂੰ ਕਹਿੰਦਾ ਕਿ ਮੈਨੂੰ ਅੱਜ ਇੰਨਾ ਸਮਝ ਲੱਗ ਗਿਆ ਹੈ ਕਿ ਸਿਰਫ ਪੈਸੇ ਦਾ ਹੀ ਦਾਨ ਜਿਹੜਾ ਹੈ ਉਹੀ ਇਕੱਲਾ ਦਾਨ ਨਹੀਂ ਹੁੰਦਾ, ਕਿਉਂਕਿ ਉੱਤਮ ਦਾਨ ਤਾਂ ਉਹਨਾਂ ਸਾਧੂ ਸੰਤ ਫਕੀਰਾਂ ਫਰਮਾਇਆ ਕਿ ਪ੍ਰੇਮ ਦਾਨ, ਕਿਸੇ ਦੇ ਪ੍ਰਤੀ ਸਹਾਨੁਭੂਤੀ ਹੋਵੇ। ਸਾਡੇ ਕੋਲ ਆਇਆ ਸੀ, ਉਹਨੂੰ ਠੋਕਰਾਂ ਮਾਰ ਕੇ ਕੱਢਦੇ ਸੀ, ਠੋਕਰਾਂ ਨਾ ਮਾਰੋ, ਕਿਉਂਕਿ ਕੋਈ ਪਤਾ ਨਹੀਂ ਉਹਦੇ ਕਿਹੜੇ ਵੇਲੇ ਠੋਕਰ ਲੱਗਦੀ ਹੈ, ਨਹੀਂ ਹੈ ਕੋਲ ਤਾਂ ਹੱਥ ਜੋੜ ਦੇਣੇ ਹੈ। ਇਸ ਲਈ ਪ੍ਰੇਮ ਜਿਹੜਾ ਹੈ ਜਦੋਂ ਉਹ ਹੁੰਦਾ ਹੈ ਤਾਂ ਉਹ ਵੀ ਇੱਕ ਦਾਨ ਹੈ ਬਾਬਾ ਜੀ। ਕਿਸੇ ਨੂੰ ਹੱਸ ਕੇ, ਕਿਸੇ ਰੋਂਦੇ ਨੂੰ ਹਸਾਇਆ ਵੀ ਇੱਕ ਦਾਨ ਹੈ, ਰਾਹ 'ਚ ਰੋੜੇ ਨੂੰ ਹਟਾਇਆ ਵੀ ਦਾਨ ਹੈ, ਕਿਸੇ ਭੁੱਖੇ ਨੂੰ ਰਜਾਇਆ ਵੀ ਦਾਨ ਹੈ। ਅਤੇ ਹਰੀਦਾਸ ਕਹਿਣ ਲੱਗਾ ਕਿ ਜਦੋਂ ਅਸੀਂ ਪ੍ਰੇਮ ਕਰਦੇ ਹਾਂ, ਜਦੋਂ ਅਸੀਂ ਲੋਕਾਂ ਨਾਲ ਸਹਾਨੁਭੂਤੀ ਰੱਖਦੇ ਹਾਂ, ਉਦੋਂ ਅਸੀਂ ਸਾਡਾ ਅਸਲ ਜੀਵਨ ਕੀ ਹੈ ਉਹਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਆਪਾਂ ਉਹ ਅਨੁਭਵ ਕਰਦੇ ਹਾਂ, ਉਹ ਆਨੰਦ ਜਿਹਦੀ ਦੁਨੀਆ ਤਲਾਸ਼ ਕਰਦੀ ਫਿਰਦੀ ਹੈ, ਕਿ ਉਸ ਆਨੰਦ ਦੀ ਅਨੁਭੂਤੀ ਹੁੰਦੀ ਹੈ ਬਾਬਾ ਜੀ। ਜਦੋਂ ਬੰਦਾ ਪ੍ਰੇਮ ਦੇ ਪ੍ਰੇਮ ਹੁਣ ਤਾਂ ਹੀ ਤਾਂ ਸਾਈਂ ਹੋਰੀ ਫਰਮਾਉਂਦੇ ਨੇ ਕਿ ਇਸ਼ਕ ਹੈ ਉਸੇ ਤੋਂ ਸਭਸੇ ਇਸ਼ਕ ਕਰ, ਇਸ ਇਸ਼ਕ ਕਾ ਯਹੀ ਦਸਤੂਰ ਹੈ, ਕਿ ਪ੍ਰੇਮ ਜਿਹੜਾ ਹੈ, ਪ੍ਰੇਮ ਦਾ ਸਾਗਰ, ਪ੍ਰੇਮ ਦਾ ਦਾਨ ਜਿਹੜਾ ਉਹ ਸਭ ਤੋਂ ਉੱਤਮ ਆਖਿਆ ਗਿਆ ਹੈ। ਨਿਸਵਾਰਥ ਹੋ ਕੇ ਕਿਸੇ ਨਾਲ ਪ੍ਰੇਮ ਕਰਨਾ, ਕਿਸੇ ਦੀ ਮਦਦ ਕਰਨਾ। ਬਾਬਾ ਜੀ ਹੁਣ ਹਰੀਦਾਸ ਠੀਕ ਹੋ ਚੁੱਕਿਆ ਸੀ। ਇਹ ਗੱਲ ਸੁਣਨ ਤੋਂ ਬਾਅਦ ਉਹ ਜਿਹੜਾ ਕਿਸਾਨ ਸੀਗੇ ਉਹਨਾਂ ਫਕੀਰਾਂ ਕੋਲ ਬੈਠੇ, ਉਹ ਮੁਸਕਰਾਏ ਔਰ ਉਹ ਸੰਤ ਜਿਹੜੇ ਸੀ ਉਹਨਾਂ ਦੇ ਚਰਨਾਂ ਨੂੰ ਹੱਥ ਲਾਇਆ, ਆਸ਼ੀਰਵਾਦ ਲਿਆ। ਤਾਂ ਉਹ ਕਹਿਣ ਲੱਗਾ ਮਹਾਰਾਜ ਮੈਨੂੰ ਹੁਣ ਸਮਝ ਲੱਗ ਗਈ ਕਿ ਅਸਲ ਦਾਨ ਕਿਹੜਾ ਹੈ। ਮੈਂ ਵੀ ਹਰ ਵਾਰੀ ਆਉਂਦਾ ਸੀ ਤਾਂ ਪੈਸਾ ਚੜ੍ਹਾ ਕੇ ਚਲੇ ਜਾਂਦਾ ਸੀ, ਪਰ ਮੇਰੇ ਅੰਦਰ ਉਹਦੇ ਅੰਦਰ ਇਹੀ ਚੀਜ਼ ਚੱਲਦੀ ਸੀ ਕਿ ਐਵੇਂ ਮੇਰੀ ਘਰਵਾਲੀ ਕਹਿ, ਕਿਉਂਕਿ ਉਹ ਕਿਸਾਨ ਦੀ ਇਹ ਕਿਸਾਨ ਨਾਲ ਜੁੜੀ ਹੋਈ ਕਹਾਣੀ ਉਹਨਾਂ ਫਕੀਰਾਂ ਨੇ ਗੱਲ ਕੀਤੀ, ਕਿਉਂਕਿ ਉਹਦੇ ਮਨ ਦੇ ਵਿੱਚ ਆ ਜਾਂਦਾ ਸੀ ਕਿ ਮੈਂ ਪੈਸੇ ਦਾ ਦਾਨ ਕਰ ਰਿਹਾ, ਮੈਂ ਆਹ ਚੀਜ਼ ਕਰ ਰਿਹਾ ਹਾਂ ਦਾਨ। ਉਹ ਹੰਕਾਰ ਵਾਲਾ ਦਾਨ ਕਹਿੰਦੇ ਕਦੇ ਵੀ ਪ੍ਰਫੁੱਲਤ ਨਹੀਂ ਹੁੰਦਾ। ਕਿਸਾਨ ਦੀ ਕਹਾਣੀ ਅੰਦਰੋਂ ਉੱਠੀ ਜਦੋਂ ਬਾਬਿਆਂ ਨੇ ਉਹ ਗੱਲ ਕੀਤੀ, ਫਕੀਰਾਂ ਨੇ ਗੱਲ ਕੀਤੀ, ਅਤੇ ਜਦੋਂ ਉਹੀ ਦਾਨ ਉਹਨੇ ਪ੍ਰੇਮ ਨਾਲ ਕਰਨਾ ਸ਼ੁਰੂ ਕਰਤਾ, ਸਹਾਨੁਭੂਤੀ ਨਾਲ ਕਰਨਾ ਸ਼ੁਰੂ ਕਰ ਦਿੱਤਾ, ਤਾਂ ਕਹਿੰਦੇ ਜਿਹੜਾ ਉਹ ਦਾਨ ਸੀ ਉਹ ਵੀ ਲੱਗਣ ਲੱਗ ਪਿਆ। ਬਾਬਾ ਜੀ ਸਹੀ ਫਕੀਰਾਂ ਦੀ ਇਹ ਬਾਤਾਂ ਹੈ ਕਿ ਸਭ ਤੋਂ ਜਿਹੜਾ ਉੱਤਮ ਦਾਨ ਹੈ, ਅੱਛਾ ਦਾਨ ਹੈ, ਉਹ ਨਿਸਵਾਰਥ ਹੋ ਕੇ ਔਰ ਪ੍ਰੇਮ ਦਾਨ ਹੈ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ, ਸਭ ਨੂੰ ਸਲਾਮ। ਖੁਸ਼ ਰਹੋ, ਆਬਾਦ ਰਹੋ।